ਪੰਜਾਬ ਚ ਭ੍ਰਿਸ਼ਟਾਚਾਰ ਦੀ ਖੇਡ ਕਿਉਂ ਨਹੀਂ ਹੋ ਰਹੀ ਖਤਮ ਵਿਜੀਲੈਂਸ ਦੇ ਇੱਕ ਵੱਡੇ ਅਫਸਰ ਨੇ 100 ਕਰੋੜ ਤੋਂ ਵੱਧ ਦੀ ਬਣਾਈ ਜਾਇਦਾਦ ਕਿਸ ਤਰੀਕੇ ਨਾਲ ਕੈਨੇਡਾ ਚ ਕੀਤੀ ਕਾਲੀ ਕਮਾਈ ਇਨਵੈਸਟ ਆਖਰਕਾਰ ਕਿਹੜੇ ਵੱਡੇ ਸਿਆਸਤਦਾਨ ਦਾ ਇਸ ਅਫਸਰ ਨੂੰ ਥਾਪੜਾ ਨੌਕਰੀ ਤੇ ਹੁੰਦਿਆਂ ਵੀ ਕੈਨੇਡਾ ਦੇ ਕਿੰਨੇ ਲੱਗੇ ਗੇੜੇ ABC ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਅੱਜ ਅਸੀਂ ਗੱਲ ਕਰਾਂਗੇ ਕਿ ਭ੍ਰਿਸ਼ਟਾਚਾਰ ਦੇ ਮਸਲੇ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਜਦੋਂ ਦੀ ਸੱਤਾ ਦੇ ਵਿੱਚ ਆਈ ਹੈ ਬਹੁਤ ਸਾਰੇ ਸਾਬਕਾ ਮੰਤਰੀ ਹੋਣ ਚਾਹੇ ਵਿਧਾਇਕ ਹੋਣ ਜਾਂ ਫਿਰ ਭ੍ਰਿਸ਼ਟ ਕਰਨ ਵਾਲੇ ਭ੍ਰਿਸ਼ਟਾਚਾਰ ਨੂੰ ਫੈਲਾਉਣ ਵਾਲੇ ਇਸ ਸਾਰੇ ਤੰਤਰ ਨੂੰ ਭ੍ਰਿਸ਼ਟਾਚਾਰ ਦੇ ਵਿੱਚ ਲਿਬੇੜਨ ਵਾਲੇ ਉਹਨਾਂ ਸਾਰੇ ਲੋਕਾਂ ਦੇ ਖਿਲਾਫ ਲਗਾਤਾਰ ਇੱਕ ਇੱਕ ਕਰਕੇ ਕਾਰਵਾਈ ਵੀ ਹੋ ਰਹੀ ਹੈ ਪਰ ਬਹੁਤ ਸਾਰੇ ਅਫਸਰ ਹਾਲੇ ਵੀ ਸਰਕਾਰ ਦੀ ਅੱਖ ਤੇ ਰਡਾਰ ਤੇ ਨਹੀਂ ਚੜੇ ਕਿਉਂਕਿ ਬਹੁਤ ਸਾਰੇ ਲੋਕ ਉਹ ਵੱਡੀ ਗਿਣਤੀ ਚ ਨੇ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਪੰਜਾਬ ਦੇ ਲੋਕਾਂ ਦਾ ਪੈਸਾ ਟੈਕਸ ਦਾ ਲੁੱਟਿਆ ਔਰ ਕਾਲੀ ਕਮਾਈ ਕੀਤੀ ਪਤਾ ਇਹ ਵੀ ਲੱਗਿਆ ਕਿ ਵਿਜੀਲੈਂਸ ਵਿਭਾਗ ਦੇ ਦਾ ਇੱਕ ਵੱਡਾ ਅਫਸਰ ਜਿਹੜਾ ਕੀ ਕਾਲੀ ਕਮਾਈ ਕਰਦਿਆਂ ਕਰਦਿਆਂ ਇੰਨੀ ਜਾਇਦਾਦ ਬਣਾ ਲੈਂਦਾ ਹੈ ਕਿ ਉਸ ਦੀ ਜਿਹੜੀ ਕੀਮਤ ਹੈ ਰਕਮ ਹੈ ਉਹ 100 ਕਰੋੜ ਤੋਂ ਵੀ ਵੱਧ ਹੋ ਗਈ ਹੈ ਤੇ ਉਹ ਸਾਰੀ ਕਮਾਈ ਹੈ ਜਿਹੜੀ ਇੱਕ ਰਿਸ਼ਤੇਦਾਰ ਦੇ ਨਾਮ ਦੇ ਉੱਤੇ ਟਰਸਟ ਬਣਾ ਕੇ ਵਿਦੇਸ਼ ਦੇ ਵਿੱਚ ਸਾਰੀ ਪੂੰਜੀ ਹੈ ਜਿਹੜੀ ਇਨਵੈਸਟ ਕਰ ਰਿਹਾ ਸਮੇ ਸਮੇਤੇ ਕਿੰਨੇ ਗੇੜੇ ਲਾਉਂਦਾ ਰਿਹਾ ਇਹ ਸਾਰਾ ਰਿਕਾਰਡ ਵੀ ਖੰਘਾਲਣ ਦੀ ਲੋੜ ਹੈ ਤਾਂ ਕਿ ਪਤਾ ਲੱਗ ਸਕੇ ਕਿ ਆਖਰਕਾਰ ਉਸ ਭ੍ਰਿਸ਼ਟ ਅਫਸਰ ਨੇ ਕਿੰਨਾ ਕੁ ਲੁੱਟਿਆ ਔਰ ਕਿਵੇਂ ਕਾਲੀ ਕਮਾਈ ਕੀਤੀ ਉਸ ਨੂੰ ਰੋਕਣ ਵਾਲਾ ਕਿਉਂ ਨਹੀਂ ਕੋਈ ਅੱਗੇ ਆ ਸਕਿਆ ਇੰਨਾ ਰਸੂਖ ਹੋ ਕਿਉਂ ਰੱਖਦਾ ਵਿਜੀਲੈਂਸ ਇੱਕ ਪਾਸੇ ਬਹੁਤ ਸਾਰੇ ਸਿਰਦਰਦੀ ਬਣੀ ਹੋਈ ਹੈ ਸਾਬਕਾ ਮੰਤਰੀਆਂ ਲਈ ਮੌਜੂਦਾ ਜਿਹੜੇ ਸਿਆਸਤਦਾਨ ਨੇ ਉਹਨਾਂ ਲਈ ਵੀ ਕਿਤੇ ਨਾ ਕਿਤੇ ਤਲਵਾਰ ਹੈ ਜਿਹੜੀ ਲਟਕਦੀ ਰਹਿੰਦੀ ਹੈ ਕਈ ਸਾਡਾ ਨੰਬਰ ਨਾ ਲੱਗ ਜਾਵੇ ਵਿਜੀਲੈਂਸ ਤੋਂ ਚਾਹੇ ਉਹ ਕਿਸੇ ਵੀ ਪਾਲਿਸੀ ਨਵੀਂ ਬਣਦੀ ਹੈ ਉਸ ਮਸਲੇ ਦੇ ਵਿੱਚ ਗੱਲ ਹੋਵੇ ਜਾਂ ਫਿਰ ਖਰੀਦੋ ਫਰੋਖਤ ਦੀ ਗੱਲ ਹੋਵੇ ਕਿ ਕਿਹੜੇ ਵਿਧਾਇਕ ਕਿਹੜੀ ਪਾਰਟੀ ਦੇ ਵੱਲੋਂ ਖਰੀਦੇ ਜਾ ਰਹੇ ਨੇ ਨਾ ਸਾਰੇ ਮਸਲਿਆਂ ਦੇ ਵਿੱਚ ਵਿਜੀਲੈਂਸ ਦੀ ਇੱਕ ਐਮ ਭੂਮਿਕਾ ਜਿਹੜੀ ਨਾਲੋਂ ਨਾਲ ਚੱਲ ਰਹੀ ਹੈ ਵੱਖ-ਵੱਖ ਮਾਮਲਿਆਂ ਦੇ ਵਿੱਚ ਪਰ ਜਦੋਂ ਉਸੇ ਹੀ ਮਹਿਕਮੇ ਦੇ ਵਿੱਚੋਂ ਕਿਸੇ ਅਫਸਰ ਦੇ ਉੱਤੇ ਸਵਾਲ ਉੱਠਣ ਤਾਂ ਫਿਰ ਚਿੰਤਾ ਦਾ ਵਿਸ਼ਾ ਹੋਰ ਬਣ ਜਾਂਦਾ ਹੁਣ ਅਸੀਂ ਦੱਸਦੇ ਹਾਂ ਕਿ ਜਿਹੜਾ ਉਹ ਅਫਸਰ ਆ ਉਸਨੇ ਆਰਟੀਏ ਵਿਭਾਗ ਹੋਵੇ ਆਰਟੀਏ ਦਫਤਰ ਹੋਵੇ ਤਹਿਸੀਲ ਕੰਪਲੈਕਸ ਹੋਣ ਪੁੱਡਾ ਵਿਭਾਗ ਹੋਵੇ ਇੰਪਰੂਵਮੈਂਟ ਟਰਸਟ ਹੋਵੇ ਜੈਸ ਤੋਂ ਇਲਾਵਾ ਡਰੱਗ ਵਿਭਾਗ ਜਿਹੜਾ ਉਸ ਦੇ ਵਿੱਚ ਵੀ ਜਿਹੜਾ ਆ ਲਗਾਤਾਰ ਭ੍ਰਿਸ਼ਟਾਚਾਰ ਕੀਤਾ ਮਾਇਆ ਮੋਟੀ ਕਮਾਈ ਔਰ ਜਦੋਂ ਮਾਇਆ ਕਮਾਈ ਤਾਂ ਜਿਹੜੀ ਵੀ ਉਹ ਨਵੀਂ ਗੱਡੀ ਖਰੀਦਦਾ ਨਵੇਂ ਸਾਧਨ ਖਰੀਦਦਾ ਤਾਂ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਮ ਤੇ ਜਾਂ ਪਰਿਵਾਰਕ ਮੈਂਬਰ ਦੇ ਨਾਮ ਤੇ ਖਰੀਦਦਾ ਖੁਦ ਦੇ ਨਾਮ ਤੇ ਨਹੀਂ ਖਰੀਦਦਾ ਤਾਕਿ ਪਤਾ ਨਾ ਲੱਗ ਸਕੇ ਕਿ ਉਸ ਦੇ ਨਾਂ ਦੇ ਉੱਤੇ ਕਿੰਨੀ ਜਾਇਦਾਦ ਹੈ ਕਿੰਨਾ ਉਸ ਨੇ ਕਮਾਈ ਕੀਤੀ ਹੈ ਜੇਕਰ ਵੱਧ ਤੋਂ ਵੱਧ ਇੱਕ ਅਫਸਰ ਹੈ ਤੇ ਉਸ ਦੀ ਤਨਖਾਹ ਹੈ ਜਿਹੜੀ ਉਹ ਲੱਖ ਹੋ ਸਕਦੀ ਹੈ 1.5 ਲੱਖ ਹੋ ਸਕਦੀ ਹੈ 2 ਲੱਖ 2.5 ਲੱਖ ਹੋ ਸਕਦੀ ਹੈ ਤਾਂ ਜੇਕਰ ਇੰਨੀ ਕਮਾਈ ਦੇ ਨਾਲ ਇੰਨੀ ਤਨਖਾਹ ਦੇ ਨਾਲ ਕਰੋੜਾਂ ਦੀ ਜਾਇਦਾਦ ਥੋੜੇ ਸਾਲਾਂ ਦੇ ਵਿੱਚ ਬਣ ਜਾਵੇ ਤਾਂ ਫਿਰ ਇਸ ਦੇ ਉੱਤੇ ਜਾਂਚ ਹੋਣੀ ਆ ਜਿਹੜੀ ਉਹ ਲਾਜ਼ਮੀ ਹੋ ਜਾਂਦੀ ਹੈ ਤੇ ਜਾਂਚ ਕਦੋਂ ਹੋਵੇਗੀ ਕੀ ਭਗਵੰਤ ਮਾਨ ਸਰਕਾਰ ਦੇ ਵਿੱਚ ਜਿਵੇਂ ਵੱਖ-ਵੱਖ ਸਿਆਸਤਦਾਨਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਤਾਂ ਇਹਨਾਂ ਅਫਸਰਾਂ ਦਾ ਨੰਬਰ ਕਦੋਂ ਲੱਗੇਗਾ ਇਹ ਜਾਂਚ ਕਦੋਂ ਹੋਵੇਗੀ ਇਹ ਵੀ ਜਾਂਚ ਹੈ ਜਿਹੜੀ ਮੁੱਖ ਮੰਤਰੀ ਨੂੰ ਖੁਦ ਅੱਗੇ ਆ ਕੇ ਕਰਵਾਉਣੀ ਚਾਹੀਦੀ ਹੈ ਇਸ ਅਫਸਰ ਦੀਆਂ ਹੋਰ ਜਿਹੜੀਆਂ ਲੰਮੀਆਂ ਲਿਸਟਾਂ ਨੇ ਲੰਮੀਆਂ ਸੂਚੀਆਂ ਨੇ ਉਸ ਬਾਰੇ ਵੀ ਜਾਣਨਾ ਪਾਉਨੇ ਆ ਅਗਲੀ ਇੱਕ ਗੱਲ ਹੁੰਦੀ ਹੈ ਕਿ ਨੌਕਰੀ ਤੇ ਰਹਿੰਦੇ ਹੋਏ ਆ ਵਿਦੇਸ਼ ਦੇ ਘੇੜੇ ਕਿੰਨੇ ਲਾ ਲਏ ਇਸ ਅਫਸਰ ਨੇ ਵਿਦੇਸ਼ ਦੇ ਵਿੱਚ ਜਾ ਕੇ ਆਖਰਕਾਰ ਕਿਉਂ ਜਾਣਾ ਪਿਆ ਹੋ ਸਕਦਾ ਹੈ ਪਰਿਵਾਰਕ ਮੈਂਬਰ ਜਾਂ ਬੱਚੇ ਪੜ੍ਹਾਈ ਕਰਦੇ ਹੋਣ ਉਹਨਾਂ ਨੂੰ ਮਿਲ ਜਾਣਾ ਪੈਂਦਾ ਹੋਵੇ بڑے ਅਫਸਰ ਹੈ ਜਿਹੜੇ ਇਸ ਤਰੀਕੇ ਦੇ ਨਾਲ ਛੁੱਟੀ ਲੈ ਕੇ ਜਾਂਦੇ ਨੇ ਪਰ ਜਦੋਂ ਕਮਾਈ ਦਾ ਮਸਲਾ ਜੁੜ ਜਾਵੇ ਕਿ ਕਿੰਨੀ ਕਮਾਈ ਕਰਨੀ ਕਿੰਨੀ ਜਾਇਦਾਦ ਬਣਾ ਲਈ ਤਾਂ ਉਸ ਤੋਂ ਬਾਅਦ ਇਸ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਕਿ ਜਿਹੜਾ ਪਾਸਪੋਰਟ ਹੈ ਉਸ ਦੇ ਉੱਤੇ ਕਿੰਨੀਆਂ ਤਰੀਖਾਂ ਪੈ ਗਈਆਂ ਕਿ ਕਿਹੜੇ ਮੁਲਕ ਵਿੱਚ ਕਿੰਨੇ ਗੇੜੇ ਲਾਏ ਖਾਸ ਕਰਕੇ ਕੈਨੇਡਾ ਦੇ ਵਿੱਚ ਦੱਸਿਆ ਜਾ ਰਿਹਾ ਸੂਤਰਾਂ ਨੇ ਦੱਸਿਆ ਕਿ ਵਿਜੀਲੈਂਸ ਮਹਿਕਮੇ ਦਾ ਜਿਹੜਾ ਅਫਸਰ ਹੈ ਇਸ ਨੇ ਆਪਣੇ ਰਿਸ਼ਤੇਦਾਰ ਦੇ ਨਾਮ ਦੇ ਉੱਤੇ ਬਾਹਰ ਟਰਸਟ ਬਣਾਈ ਉਸ ਦੇ ਵਿੱਚ ਉਹ ਜਿੰਨੇ ਪੈਸੇ ਇੱਥੋਂ ਕਮਾਉਂਦਾ ਹੈ ਜਿਹੜੇ ਵੀ ਢੰਗ ਤਰੀਕੇ ਦੇ ਨਾਲ ਉਹ ਉਸ ਟਰਸਟ ਦੇ ਰਾਹੀਂ ਜਿਹੜੇ ਚੈੱਕ ਆ ਜਿਹੜੇ ਕਟਵਾਏ ਜਾਂਦੇ ਨੇ ਉਹ ਕਿਸੇ ਵੀ ਮਸਲੇ ਦੇ ਵਿੱਚ ਰਿਸ਼ਵਤ ਲੈਂਦਾ ਹੋਵੇ ਪਰ ਮੰਨਿਆ ਜਾਂਦਾ ਹੈ ਕਿਹਾ ਜਾ ਰਿਹਾ ਕਿ ਉਹਨੇ ਚੈੱਕ ਜਿੰਨੇ ਵੀ ਕਟਵਾਏ ਉਹਨੇ ਜਿਹੜੇ ਉਸ ਟਰਸਟ ਦੇ ਨਾਮ ਤੇ ਕਟਵਾਏ ਤਾਂ ਲੰਮੀ ਲਿਸਟ ਹੈ ਜਿਹੜੀ ਉਹ ਉਸ ਅਫਸਰ ਦੇ ਖਿਲਾਫ ਹੈ ਜਿਹੜੀ ਉਹ ਦਿਖਾਈ ਦੇ ਰਹੀ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਡੀਲਿੰਗ ਹੈ ਪਬਲਿਕ ਡੀਲਿੰਗ ਦੇ ਦੌਰਾਨ ਵੀ ਇਲਜ਼ਾਮ ਲੱਗੇ ਨੇ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ ਉਸ ਅਫਸਰ ਨੇ ਬਹੁਤ ਧੰਦਲੀਆਂ ਕੀਤੀਆਂ ਪਬਲਿਕ ਡੀਲਿੰਗ ਦੇ ਵਿੱਚ ਕਿਸੇ ਨੂੰ ਕਿਹਦੇ ਨਾਲ ਮੁਲਾਕਾਤ ਕਰਨੀ ਹੈ ਕਿਹੜੇ ਮਸਲੇ ਨੂੰ ਲੈ ਕੇ ਕੋਈ ਦਫ਼ਤਰ ਆਇਆ ਤਾਂ ਉਸ ਨੂੰ ਲੈ ਕੇ ਵੀ ਉਸ ਨੇ ਬਹੁਤ ਲੁੱਟਿਆ ਤਾਂ ਕਾਲੀ ਕਮਾਈ ਇਸ ਤਰੀਕੇ ਦੇ ਨਾਲ ਕਰਕੇ ਉਸ ਨੂੰ ਚਿੱਟੀ ਕਮਾਈ ਦੇ ਵਿੱਚ ਬਦਲਣ ਦੇ ਲਈ ਇੱਕ ਟਰਸਟ ਦਾ ਰੂਪ ਧਾਰਿਆ ਜਾਂਦਾ ਉਹ ਵੀ ਰਿਸ਼ਤੇਦਾਰ ਦੇ ਨਾਮ ਤੇ ਖੋਲ੍ਹੀ ਜਾਂਦੀ ਹੈ ਉਸ ਤੋਂ ਬਾਅਦ ਉਸ ਦੇ ਵਿੱਚ ਪੈਸਾ ਇਨਵੈਸਟ ਕੀਤਾ ਜਾਂਦਾ ਹੈ ਪੈਸੇ ਇਨਵੈਸਟ ਕਰਨ ਦੇ ਕਰਦਿਆ ਕਰਦਿਆਂ ਹੌਲੀ-ਹੌਲੀ ਇਹ ਗਿਣਤੀ ਆ ਜਿਹੜੀ ਇੰਨੀ ਵੱਧ ਜਾਂਦੀ ਹੈ ਕਿ ਇੱਕ ਲੱਖਾਂ ਦੀ ਤਨਖਾਹ ਲੈਣ ਵਾਲਾ ਕਿਵੇਂ ਕਰੋੜਾਂ ਦੀ ਜਾਇਦਾਦ ਬਣਾ ਲੈਂਦਾ ਸੋ ਕਰੋੜ ਤੋਂ ਵੱਧ ਦੀ ਜਾਇਦਾਦ ਬਣਾਉਣਾ ਖਾਲਾ ਜੀ ਦਾ ਬਾੜਾ ਨਹੀਂ ਜੇਕਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਮ ਕੀਤੇ ਜਾਣਗੇ ਤਾਂ ਹੀ ਥੋੜੇ ਸਮੇਂ ਦੇ ਵਿੱਚ ਵੱਧ ਪੈਸਾ ਜਿਹੜਾ ਉਹ ਇਕੱਠਾ ਕੀਤਾ ਜਾ ਸਕਦਾ ਜਿਹੜੀਆਂ ਤਜੋਰੀਆਂ ਭਰੀਆਂ ਜਾ ਸਕਦੀਆਂ ਨੇ ਇਸ ਅਫਸਰ ਨੇ ਕਮਾਈ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਚਾਹੇ ਉਹ ਰਿਸ਼ਵਤ ਲਈ ਹੋਵੇ ਕੋਈ ਵੀ ਧੰਦਲੀ ਕੀਤੀ ਹੋਵੇ ਉਸ ਨਾਲ ਕੱਲਾ ਵਿਦੇਸ਼ ਦੇ ਵਿੱਚ ਹੀ ਪੈਸਾ ਇਨਵੈਸਟ ਨਹੀਂ ਕੀਤਾ ਅੱਗੇ ਹੋਰ ਖੁਲਾਸਾ ਹੁੰਦਾ ਉਸ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਉਸ ਨੇ ਕਈ ਗੈਰ ਕਾਨੂੰਨੀ ਕਲੋਨੀਆਂ ਨੇ ਜਿਹੜੀਆਂ ਉਹ ਵੀ ਸਥਾਪਿਤ ਕਰ ਲਈਆਂ ਨੇ ਪੰਜਾਬ ਦੇ ਅੰਦਰ ਹੀ ਕਲੋਨੀਆਂ ਵਸਾਈਆਂ ਗਈਆਂ ਕਿਉਂਕਿ ਪ੍ਰਾਪਰਟੀ ਡੀਲਿੰਗ ਆ ਜਿਹੜੀ ਪ੍ਰਾਪਰਟੀ ਦਾ ਕੰਮ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਸਹੀ ਢੰਗ ਨਾਲ ਵੀ ਚੱਲ ਰਿਹਾ ਔਰ ਇਸ ਦੇ ਪਰਦੇ ਦੇ ਪਿੱਛੇ ਬਹੁਤ ਗੈਰ ਕਾਨੂੰਨੀ ਤਰੀਕੇ ਦੇ ਨਾਲ ਵੀ ਪ੍ਰਾਪਰਟੀਆਂ ਬਣਾਈਆਂ ਜਾ ਰਹੀਆਂ ਨੇ ਔਰ ਜਿਸ ਨੇ ਇਨਾ ਪੈਸਾ ਕਮਾਇਆ ਹੋਵੇਗਾ ਕਿਤੇ ਨਾ ਕਿਤੇ ਤਾਂ ਇਨਵੈਸਟ ਕਰਨਾ ਹੀ ਪਵੇਗਾ ਇਸ ਤਰੀਕੇ ਨਾਲ ਇਹ ਵੀ ਦੱਸਿਆ ਗਿਆ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਵਿਦੇਸ਼ਾਂ ਦੇ ਵਿੱਚ ਉਸ ٹرسٹ ਦੇ ਵਿੱਚ ਪੈਸਾ ਇਨਵੈਸਟ ਕਰਨ ਦੇ ਨਾਲ-ਨਾਲ ਕਈ ਕਲੋਨੀਆਂ ਵੀ ਜੜੀਆਂ ਨੇ ਉਹ ਸਥਾਪਿਤ ਕੀਤੀਆਂ ਨੇ ਔਰ ਇੱਕਲਾ ਅਫਸਰ ਇੱਕ ਜਦੋਂ ਇੰਨੇ ਵੱਡੇ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਕਰ ਰਿਹਾ ਹੋਵੇ ਤਾਂ ਕਰ ਨਹੀਂ ਸਕਦਾ ਇਸ ਦੇ ਵਿੱਚ ਕਿਹੜੇ-ਕਿਹੜੇ ਨਵੇਂ ਵੱਡੇ ਸਿਆਸਤਦਾਨ ਹੋਣਗੇ ਕਿਹੜੇ ਕਿਹੜੇ ਚਾਹੇ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਹੋਣ ਕਿਉਂਕਿ ਸਰਕਾਰ ਤਾਂ ਪੰਜਾਬ ਦੇ ਵਿੱਚ ਇੱਕ ਨਹੀਂ ਰਹੀ ਹਰੇਕ ਪਾਰਟੀ ਦੀ ਸਰਕਾਰ ਬਦਲਦੀ ਰਹੀ ਹੈ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠ ਜੁੜਦੀ ਸਰਕਾਰ ਰਹੀ ਫਿਰ ਕਾਂਗਰਸ ਦੀ ਸਰਕਾਰ ਵੀ ਸੱਤਾ ਵਿੱਚ ਰਹੀ ਹੈ ਤਾਂ ਹੁਣ ਮੌਜੂਦਾ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸੱਤਾ ਵਿੱਚ ਹੈ ਕੀ ਪਹਿਲੀਆਂ ਸਰਕਾਰਾਂ ਵਾਂਗੂ ਇਸੇ ਸਰਕਾਰ ਦੇ ਵਿੱਚ ਵੀ ਉਹ ਲਗਾਤਾਰ ਆਪਣੀ ਰਫਤਾਰ ਨਾਲ ਕੰਮ ਕਰ ਰਿਹਾ ਟੇਡੇ ਤਰੀਕੇ ਦੇ ਨਾਲ ਜਾਂ ਫਿਰ ਹਲੇ ਰੁਕਿਆ ਹੋਇਆ ਡਰ ਹੈ ਉਸ ਨੂੰ ਕਿ ਕਿਤੇ ਮੇਰਾ ਨੰਬਰ ਨਾ ਲੱਗ ਜਾਵੇ ਜੇਕਰ ਇਸ ਮਾਮਲੇ ਦੀ ਜਾਂਚ ਹੋਵੇਗੀ ਫਿਰ ਹੀ ਪਤਾ ਲੱਗ ਸਕਦਾ ਹੈ ਕਿ ਕਿਹੜੀਆਂ ਤਰੀਖਾਂ ਦੇ ਵਿੱਚ ਉਹ ਕਿੱਥੇ ਰਿਹਾ ਔਰ ਕਿਹੜੀਆਂ ਤਰੀਖਾਂ ਦੇ ਵਿੱਚ ਉਸਨੇ ਕੰਮ ਕੀਤਾ ਔਰ ਉਹਨਾਂ ਤਰੀਕਾਂ ਦੇ ਦੌਰਾਨ ਹੀ ਉਸਨੇ ਸਹੀ ਕੰਮ ਕੀਤਾ ਜਾਂ ਗਲਤ ਕੀਤਾ ਇਹ ਸਾਰਾ ਜਾਂਚ ਦਾ ਵਿਸ਼ਾ ਜਾਂਚ ਜਿੰਨੀ ਜਲਦੀ ਹੋਵੇਗੀ ਤਾਂ ਉਨੀ ਛੇਤੀ ਹੀ ਇਸ ਲੁੱਟ ਨੂੰ ਰੋਕਿਆ ਜਾ ਸਕਦਾ ਹੈ ਇਹ ਵੀ ਪਤਾ ਲੱਗਿਆ ਕਿ ਸਿਆਸਤਦਾਨਾਂ ਦੇ ਥਾਪੜੇ ਦੇ ਨਾਲ-ਨਾਲ ਹੋਰ ਕਈ ਵੱਡੇ ਨੇ ਜਿਹੜੇ ਕੱਦਵਾਰ ਪੁਲਿਸ ਅਫਸਰ ਨੇ ਉਹ ਵੀ ਜੁੜੇ ਹੋਏ ਨੇ ਉਹਨਾਂ ਦਾ ਵੀ ਵਿੱਚ ਹੱਥ ਜੇਕਰ ਇਹ ਸਾਰੀ ਮਿਲੀ ਭੋਗਤ ਦੇ ਨਾਲ ਖੇਡ-ਖੇਡੀ ਜਾ ਰਹੀ ਹੈ ਭ੍ਰਿਸ਼ਟਾਚਾਰ ਦੀ ਤੇ ਰੋਕੇਗੀ ਕਦੋਂ ਸਵਾਲ ਇਹ ਸਭ ਤੋਂ ਵੱਡਾ ਹੈ ਕਿਉਂਕਿ ਇੱਕ ਪਾਸੇ ਲੋਕ ਨੇ ਜਿਹੜੇ ਉਤਰਾਹੀ-ਤਰਾਈ ਕਰ ਰਹੇ ਨੇ ਮਹਿੰਗਾਈ ਦੀ ਇੰਨੀ ਜ਼ਿਆਦਾ ਵੱਡੀ ਮਾਰ ਹੈ ਕਿ ਲੋਕਾਂ ਦੇ ਕੋਲ ਬਹੁਤ ਸਾਰੇ ਵੱਡੀ ਗਿਣਤੀ ਵਿੱਚ ਲੋਕ ਨੇ ਜਿਨ੍ਹਾਂ ਕੋਲ ਦੋ ਡਾਂਗ ਦੀ ਜਿਹੜੀ ਰੋਟੀ ਆ ਉਹ ਵੀ ਸਹੀ ਢੰਗ ਨਾਲ ਨਹੀਂ ਜੁੜਦੀ ਉਹਨਾਂ ਨੂੰ ਕਈ ਹੀਲੇ ਕਰਨੇ ਪੈਂਦੇ ਨੇ ਫੇਰ ਜਾ ਕੇ ਰੋਟੀ ਜੁੜਦੀ ਹੈ ਪਰ ਕਈ ਐਸੇ ਅਫਸਰ ਨੇ ਜਿਹੜੇ ਭ੍ਰਿਸ਼ਟ ਅਫਸਰ ਨੇ ਕਾਲੀਆਂ ਭੇਡਾਂ ਨੇ ਜਿਹੜੀਆਂ ਉਹ ਇਸ ਤਰੀਕੇ ਨਾਲ ਪੈਸਾ ਇਕੱਠਾ ਕਰਕੇ ਇੰਨਾ ਅੰਬਾਰ ਲਾ ਲੈਂਦੀਆਂ ਨੇ ਇਨੀਆਂ ਤਜੋਰੀਆਂ ਭਰ ਲੈਂਦੀਆਂ ਨੇ ਕਿ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਨਾ ਕੋਈ ਵੀ ਕੰਮ ਨਾ ਕਰਨ ਤਾਂ ਵੀ ਉਹਨਾਂ ਦਾ ਸਰਦ ਹੈ ਐਸ਼ ਪ੍ਰਸਤੀ ਦੀ ਜਿਹੜੀ ਜ਼ਿੰਦਗੀ ਆ ਜਿਉਂਦੇ ਨੇ ਪਰ ਇਸ ਤਰੀਕੇ ਨਾਲ ਇੱਕ ਪਾਸੇ ਜਿਹੜੇ ਕੰਮ ਕਰਕੇ ਮਰ ਰਹੇ ਨੇ ਲੋਕ ਜਾਂ ਗਰੀਬੀ ਦੀ ਮਾਰ ਚੱਲ ਰਹੇ ਨੇ ਕਿਸੇ ਤਾਂ ਉਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਉਹਨਾਂ ਨੂੰ ਸਹੂਲਤਾਂ ਦੇਣ ਲਈ ਅਫਸਰਸ਼ਾਹੀ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਤੇ ਇਹ ਅਜਈਆਂ ਕਾਲੀਆਂ ਭੇਡਾਂ ਸਿਰਫ ਆਪਣੇ ਢਿੱਡ ਦਾ ਖਿਆਲ ਰੱਖਦੀਆਂ ਨੇ ਦੂਜੇ ਲੋਕ ਭੁੱਖੇ ਮਰਨ ਜੋ ਮਰਜ਼ੀ ਕਰਨ ਇਸ ਦੇ ਉੱਤੇ ਧਿਆਨ ਨਹੀਂ ਦਿੱਤਾ ਜਾਂਦਾ ਹੁਣ ਅੱਗੇ ਗੱਲ ਕਰਦੇ ਹਾਂ ਕਿ ਇੱਕ ਪਾਸੇ 100 ਕਰੋੜ ਤੋਂ ਵੱਧ ਜਾਇਦਾਦ ਬਣਾਉਣੀ ਉਪਦੇਸ਼ਾਂ ਦੇ ਵਿੱਚ ਪੈਸਾ ਇਨਵੈਸਟ ਕਰਨਾ ਇੱਥੇ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਲੋਨੀਆਂ ਵਸਾ ਲੈਣੀਆਂ ਫਿਰ ਅਗਲੀ ਗੱਲ ਆਉਂਦੀ ਹੈ ਕਿ ਜਿਹੜੇ ਜਿਹੜੇ ਮਹਿਕਮਿਆਂ ਦਾ ਅਸੀਂ ਜ਼ਿਕਰ ਪਹਿਲਾਂ ਵੀ ਕੀਤਾ ਇੱਕ ਵਾਰੀ ਮੈਂ ਫਿਰ ਜ਼ਿਕਰ ਕਰ ਦਿੰਦਾ ਕਿ ਆਰ ਡੀਏ ਦਫ਼ਤਰ ਹੋਵੇ ਤਹਿਸੀਲ ਕੰਪਲੈਕਸ ਹੋਵੇ ਪੋਡਾ ਵਿਭਾਗ ਹੋਵੇ ਇੰਪਰੂਵਮੈਂਟ ਟਰਸਟ ਹੋਵੇ ਡਰੱਗ ਮਹਿਕਮਾ ਹੋਵੇ ਜਾਂ ਇਸ ਤੋਂ ਇਲਾਵਾ ਹੋਰ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਇਸ ਦੀ ਦਖਲਅੰਦਾਜ਼ੀ ਰਹੀ ਹੈ ਕਿ ਕਿਵੇਂ ਕਿਸ ਨੂੰ ਮਿਲਣਾ ਹੈ ਕਿਵੇਂ ਕਿਹੜੇ ਤੋਂ ਕਿੰਨੇ ਪੈਸੇ ਲੈਣੇ ਨੇ ਕਿਸ ਦਾ ਕੰਮ ਕਿਹੜੇ ਢੰਗ ਨਾਲ ਕਰਨਾ ਇਹ ਸਾਰੀਆਂ ਗੱਲਾਂ ਦੇ ਵਿੱਚ ਮਾਹਰ ਬਣ ਚੁੱਕਿਆ ਅਫਸਰ ਤਾਂ ਹੁਣ ਵਿਜੀਲੈਂਸ ਖੁਦ ਮੈਕਮਾ ਪਹਿਲ ਕਦਮੀ ਕਰਦਾ ਜਾਂ ਫਿਰ ਅਫਸਰ ਇੱਕ ਅਫਸਰ ਨੂੰ ਬਚਾਉਣ ਦੇ ਲਈ ਕਿੰਨਾ ਕੋ ਉਸ ਦੇ ਉੱਤੇ ਪਰਦਾ ਪਾਈ ਰੱਖੇਗਾ ਤਾਂ ਹੁਣ ਮੌਜੂਦਾ ਸਰਕਾਰ ਜਿਹੜੀ ਕਹਿੰਦੀ ਹੈ ਕਿ ਅਸੀਂ ਇਮਾਨਦਾਰੀ ਨਾਲ ਚਲਾਵਾਂਗੇ ਸਰਕਾਰ ਨੂੰ ਔਰ ਇਮਾਨਦਾਰੀ ਜਿਹੜਾ ਨਹੀਂ ਕਰੇਗਾ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ ਤਾਂ ਫਿਰ ਇਸ ਅਫਸਰ ਦੇ ਨੰਬਰ ਹੈ ਜਿਹੜਾ ਉਹ ਕਦੋਂ ਲੱਗੇਗਾ ਇਸ ਦੇ ਉੱਤੇ ਪੈਲ ਕਰਨੀ ਚਾਹੀਦੀ ਹੈ ਵਿਜੀਲੈਂਸ ਮਹਿਕਮੇ ਨੂੰ ਵੀ ਸਰਕਾਰ ਨੂੰ ਵੀ ਔਰ ਇਸ ਤਰ੍ਹਾਂ ਦੇ ਅਫਸਰਾਂ ਨੂੰ ਨਹੀਂ ਬਚਾਉਣਾ ਚਾਹੀਦਾ ਇੱਕ ਦੂਜੇ ਦੀ ਛਤਰ ਛਾਇਆ ਦੇ ਥੱਲੇ ਰਹਿ ਕੇ ਇਹਨਾਂ ਨੂੰ ਹੋਰ ਸ਼ਹਿ ਮਿਲਦੀ ਹੈ ਤੇ ਹੋਰ ਜ਼ਿਆਦਾ ਜਿਹੜੀ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਵੜਦੇ ਜਾਂਦੇ ਨੇ ਤਾਂ ਉਸ ਦੇ ਵਿੱਚੋਂ ਨਿਕਲਦੇ ਨਹੀਂ ਖੂਨ ਜਦੋਂ ਮੂੰਹ ਨੂੰ ਲੱਗਦਾ ਇਸ ਤਰੀਕੇ ਦਾ ਤਾਂ ਫਿਰ ਉਸ ਦਾ ਚਸਕਾ ਇੰਨਾ ਮਾੜਾ ਪੈ ਜਾਂਦਾ ਕਿ ਫਿਰ ਇਹਨਾਂ ਨੂੰ ਲੋਕਾਂ ਦੀਆਂ ਸਹੂਲਤਾਂ ਨਹੀਂ ਦਿਖਦੀਆਂ ਸਿਰਫ ਤੇ ਸਿਰਫ ਕਾਲੀ ਕਮਾਈ ਦਿਖਦੀ ਹੈ ਕਿ ਕਿਵੇਂ ਅਸੀਂ ਵੱਤਵੱਤ ਕਮਾ ਸਕਦੇ ਹਾਂ ਔਰ ਰਿਟਾਇਰਮੈਂਟ ਤੋਂ ਬਾਅਦ ਵੱਡੇ ਵੱਡੇ ਬਿਜ਼ਨਸ ਸੈੱਟ ਕਰਕੇ ਚਾਹੇ ਉਪਦੇਸ਼ ਵਿੱਚ ਹੋਵੇ ਚਾਹੇ ਇਸੇ ਧਰਤੀ ਤੇ ਹੋਵੇ ਤਾਂ ਉਸ ਬਿਜ਼ਨਸ ਨੂੰ ਸੰਭੀਏ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਹੜੇ ਇਸ ਅਫਸਰ ਦੇ ਬਾਰੇ ਕੰਸੋਹਾਂ ਮਿਲੀਆਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਇਸ ਬਾਰੇ ਸਬੂਤ ਇਕੱਠੇ ਕਰਕੇ ਕਦੋਂ ਵਿਜੀਲੈਂਸ ਜਾਂਚ ਕਰਦੀ ਏ ਔਰ ਕਦੋਂ ਇਸ ਅਫਸਰ ਤੇ ਤਲਵਾਰ ਲਟਕਦੀ ਏ ਕਦੋਂ ਜਾਂਚ ਕਰਕੇ ਇਸ ਨੂੰ ਮਹਿਕਮੇ ਚੋਂ ਬਾਹਰ ਕੱਢ ਕੇ ਇਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਏ ਫਿਲਹਾਲ ਇਸ ਰਿਪੋਰਟ ਵਿੱਚ ਇੰਨਾ ਹੀ ਮੈਨੂੰ ਦਿਵਾ ਗਿਆ ਧੰਨਵਾਦ